ਬਾਈ ਦੀਆਂ ਤੁਸੀਂ ਦੇਖ ਲਓ, ਦੋਨੇ ਲੱਤਾਂ ਇਕੱਠੀਆਂ ਗਈਆਂ, ਦੋਨੇ ਲੱਤਾਂ, ਰੋਣਾ ਨਹੀਂ, ਉਰੇ ਆ ਉਰੇ ਆ ਉਰੇ ਆ ਉਰੇ ਆ ਉਰੇ ਆ, ਰੋਣਾ ਨਹੀਂ। ਇਹ ਪਰਿਵਾਰ ਨਹੀਂ ਰੋਂਦਾ, ਇਹ ਉਹ ਰੱਬ ਰੋਂਦਾ ਜਿਨ੍ਹਾਂ ਨੇ ਕੀਤੀਆਂ। ਇੱਥੇ ਸਾਰਾ ਕੁਛ ਭਰਨਾ ਪੈਂਦਾ, ਇਹ ਕੋਈ ਕਿਤੇ ਵੱਖਰਾ ਕਮਰਾ ਨਹੀਂ ਬਣਿਆ ਉੱਪਰ ਜਾ ਕੇ। ਫਿਰ ਮੈਥੋਂ ਤਾਂ ਜਜ਼ਬਾਤੀ ਹੋ ਕੇ ਨਾ ਇਹ ਗੱਲਾਂ ਬੋਲੀਆਂ ਜਾਂਦੀਆਂ, ਭਲਾ ਮੈਨੂੰ ਕੁਛ ਝੱਲਣਾ ਪੈ ਜਾਂਦਾ ਬਾਅਦ ਦੇ ਵਿੱਚ। ਹੁਣ ਇਹਨਾਂ ਦਾ ਕਸੂਰ ਕੀ ਆ? ਠੀਕ ਆ, ਘਟਨਾ ਹੋ ਗਈ, ਆਹ ਕੁਛ ਹੋ ਗਿਆ, ਇਸ ਪਰਿਵਾਰ ਨਾਲ ਖੜਨ ਦਾ ਫਰਜ਼ ਨਹੀਂ ਬਣਦਾ ਸੀ ਟਰੱਕ ਵਾਲੇ ਦਾ ਜਾਂ ਜਿਹੜੇ ਮਾਲਕ ਦਾ ਉਹ ਟਰੱਕ ਸੀਗਾ, ਕਿ ਉਹਨਾਂ ਨੂੰ ਮਾੜਾ ਮੋਟਾ ਵੀ ਇਹ ਚੀਜ਼ ਨਹੀਂ ਚਾਹੀਦੀ ਸੀ ਵੀ ਇਨਸਾਨੀਅਤ ਤੌਰ 'ਤੇ ਆਹ ਪੁੱਛਦੇ ਪਰਿਵਾਰ 'ਤੇ, ਤੁਹਾਡੇ ਘਰੇ ਆ ਬੱਚੇ ਤਾਂ ਤੁਹਾਡੇ ਘਰੇ ਵੀ ਹੋਣਗੇ, ਆਹ ਘਟਨਾ ਜਿਹਦੇ ਨਾਲ ਘਟਦੀ ਹੈ ਫਿਰ ਉਹ ਜਾਣ ਕਿੱਥੇ? ਰੋਣਾ ਨਹੀਂ ਮੇਰਾ ਬਾਈ, ਟਰੱਕ ਵਾਲੇ ਨਾਲ ਫਿਰ ਕਦੇ ਗੱਲ ਨਹੀਂ ਹੋਈ, ਆਇਆ ਨਹੀਂ ਕਦੇ ਉਹ? ਹੈ, ਪੁਲਿਸ ਨੇ ਕੋਈ ਕਾਰਵਾਈ ਕਰੀ ਨਹੀਂ? ਕਰੀ ਨਹੀਂ। ਹੱਥ ਬੰਨ ਕੇ ਬੇਨਤੀ ਕਰਦਾ ਮਾਨਸਾ ਪੁਲਿਸ ਡਿਪਾਰਟਮੈਂਟ ਨੂੰ ਜਾਂ ਵਕੀਲ ਸਾਹਿਬਾਨ ਨੂੰ, ਆਹ ਪਰਿਵਾਰ ਨੂੰ ਜਿੰਨਾ ਕੁ ਹੱਕ ਆ ਉਨਾ ਕੁ ਤਾਂ ਦਵਾ ਦੇਈਏ। ਲੱਤਾਂ ਤਾਂ ਚੱਲ ਬਾਈ ਦੀਆਂ ਨਹੀਂ ਅਸੀਂ ਵਾਪਸ ਲਿਆ ਸਕਦੇ, ਇਸ ਮਾਂ ਨੇ ਮੰਗ ਮੰਗ ਕੇ ਇਲਾਜ ਕਰਾਇਆ। ਸਤਿ ਸ਼੍ਰੀ ਅਕਾਲ ਜੀ, ਮਲੂਕਾ ਟੀਵੀ ਦੇਖ ਰਹੇ ਹੋ ਅਤੇ ਅੱਜ ਇੱਕ ਦੁਖਾਂਤ ਹੈ ਮਿੱਤਰੋ, ਅਤੇ ਇਹ ਦੁਖਾਂਤ ਆਪਾਂ ਭਰ ਸਕਦੇ ਹਾਂ। ਹੱਥ ਜੋੜ ਕੇ ਤੁਹਾਨੂੰ ਮਿੰਨਤਾ, ਇਹ ਬਜ਼ੁਰਗ ਬੇਬੇ ਬਾਪੂ ਖੜ੍ਹੇ ਆ ਅਤੇ ਇਹਨਾਂ ਦਾ ਬੇਟਾ ਦੋਨੇ ਲੱਤਾਂ ਵੱਢੀਆਂ ਗਈਆਂ, ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਸੀ। ਉਸ ਤੋਂ ਬਾਅਦ ਨਾ ਤਾਂ ਟਰੱਕ ਵਾਲਿਆਂ ਨੇ ਕੋਈ ਪੁੱਛ ਪ੍ਰਤੀਤ ਕੀਤੀ ਆ, ਨਾ ਹੀ ਕੋਈ ਇਹਨਾਂ ਦਾ ਵਿਚਾਰਿਆਂ ਦੀ ਗੱਲਬਾਤ ਕੋਈ ਸੁਣੀ ਗਈ ਆ। ਠੀਕ ਆ, ਇਹਨਾਂ ਮਾਨਸੇ ਦੇ ਵਿੱਚ ਬੈਠਿਆ ਪੈਲਸ ਆ ਜਿਹੜਾ ਢਿਆ ਹੋਇਆ, ਇੱਥੇ ਹੀ ਟਾਈਮ ਪਾਸ ਕਰਦੇ ਆ ਵਿਚਾਰੇ। ਆਹ ਇੱਥੇ ਦੇਖ ਲਓ ਆਟਾ ਉੱਟਾ, ਇੱਦਾਂ ਹੀ ਵਿਚਾਰੇ ਕਿਵੇਂ ਇੰਨੀ ਗਰਮੀ ਦੇ ਵਿੱਚ, ਵੀ ਮੈਂ ਤੁਹਾਨੂੰ ਕਿਵੇਂ ਬਿਆਨ ਕਰਾਂ ਇੰਨੀ ਗਰਮੀ 'ਚ ਕਿਵੇਂ ਰਹਿੰਦੇ ਆ, ਕੀ ਹੈ ਨਾ ਸਿਸਟਮ ਆ। ਪਿੰਡ ਇਹਨਾਂ ਦਾ ਹੈਗਾ ਬੁਰਜ ਜਵਾਰ ਕੇ, ਜਿੱਥੇ ਬਾਈ ਮੂਸੇ ਵਾਲੇ ਦਾ ਕਤਲ ਹੋ ਗਿਆ ਸੀ, ਉਹ ਪਿੰਡ ਆ ਇਸ ਮਾਤਾ ਦਾ। ਠੀਕ ਹੈ, ਇਹਨਾਂ ਦਾ ਐਡਰੈਸ ਵਗੈਰਾ ਵੀ ਆਪਾਂ ਸਾਰਾ ਕੁਛ ਦੇਵਾਂਗੇ, ਖਾਂਗੇ। ਮਾਤਾ ਜੀ ਕੀ ਨਾਮ ਆ ਤੁਹਾਡਾ? ਮਲਕੀਤ ਕੌਰ। ਅੱਛਾ, ਕੀ ਸਮੱਸਿਆ? ਪੂਰੀ ਗੱਲ ਦੱਸੋ, ਰੋਣਾ ਨਹੀਂ ਚੰਗਾ, ਰੋਣਾ ਨਹੀਂ ਮਾਂ ਬਣਦੀ, ਰੋਣਾ ਨਹੀਂ, ਸਾਰਾ ਹੱਲ ਹੋ ਜੂ, ਗੱਲ ਦੱਸੋ। ਟਰੱਕ ਚੜ ਗਿਆ ਪੁੱਤ। ਕਿਵੇਂ ਚੜ ਗਿਆ ਟਰੱਕ? ਕੰਮ ਤੋਂ ਆਉਂਦਾ ਸੀਗਾ। ਹਾਂ, ਤੁਰਿਆ ਆਉਂਦਾ ਸੀਗਾ ਤੇ ਟਰੱਕ ਵਾਲੇ ਨੇ ਦੇਖੇ ਨੀ, ਉੱਤੇ ਹੀ ਚਾੜਤੀ ਟਰੱਕ, ਫਿਰ ਦੋਨੇ ਲੱਤਾਂ ਖੱਟੀਆਂ ਗਈਆਂ, ਫਿਰ ਬੇਚਾਰੇ ਮੰਡੀ ਦੇ ਮੁੰਡੇ ਲਗਾਏ ਚੱਕ ਕੇ, ਫਿਰ ਮੈਂ ਪਿੰਡ 'ਚੋਂ ਮੰਗ ਮੰਗ ਰੁਪਈਏ, ਫਿਰ ਮੈਂ ਇਹਦਾ ਇਲਾਜ ਕਰਾਇਆ। ਹੁਣ ਵੀ ਮੈਂ ਮੰਗਣ ਘਰਾਂ 4-5 ਘਰਾਂ ਦੇ ਝਾੜੂ ਪੋਚੇ ਲਾ ਕੇ ਆਉਂਦੀ ਹਾਂ, ਫਿਰ ਆਪਦਾ ਗੁਜ਼ਾਰਾ ਕਰਦੇ ਹਾਂ। ਹੁਣ ਵੀ ਮੈਂ 2 ਘਰਾਂ ਦਾ ਝਾੜੂ ਪੋਚੇ ਲਾ ਕੇ ਆਈ ਹਾਂ, ਫਿਰ ਮਾੜਾ ਮੋਟਾ ਹੱਥਾਂ ਨੇ ਰੋਟੀ ਨੂੰ ਦੇਣਗੇ, ਦਾਲ ਪਾਣੀ ਦੇਣਗੇ, ਸਬਜ਼ੀ ਰੋਟੀ ਤੇਰਾ ਅੰਕਲ ਬਿਮਾਰ ਆ ਵਿਚਾਰਾ, ਹਸਪਤਾਲ 'ਚੋਂ ਹੁਣ ਹੀ ਲਿਆਂਦਾ। ਅਤੇ ਫਿਰ ਟਰੱਕ ਵਾਲੇ ਨੇ ਕੁਛ ਤੁਹਾਨੂੰ ਦਿੱਤਾ ਕੀਤਾ ਨਹੀਂ? ਨਹੀਂ ਦਿੱਤਾ ਜੀ, ਉਹ ਤਾਂ ਮੱਥੇ ਵੀ ਨਹੀਂ ਲੱਗੇ ਸਰ। ਕਿੱਥੋਂ ਦਾ ਸੀ ਕੋਈ ਫੜਿਆ ਗਿਆ ਕਿ ਭੱਜ ਗਿਆ ਟਰੱਕ ਵਾਲਾ? ਟਰੱਕ ਵਾਲਾ ਘੇਰਾ ਤਾਂ ਭੱਜ ਗਿਆ ਸੀ ਅਤੇ ਮਾਨਸਾ ਨੇ ਮਗਰ ਕਾਰ ਲਾ ਕੇ ਨਾ ਅਤੇ ਉਹਦੀ ਗੱਡੀ ਦੀ ਵੀਡੀਓ ਬਣਾ ਲਈ ਸੀ, ਨੰਬਰ ਲੰਬਰ ਲਾ ਕੇ। ਕਿੱਥੋਂ ਦਾ ਸੀ ਟਰੱਕ? ਟਰੱਕ ਤਾਂ ਬਣਾ ਲਈ ਦਾ। ਅੱਛਾ, ਫਿਰ ਕੋਈ ਗੱਲਬਾਤ ਨਹੀਂ ਹੋਈ? ਕੁਛ ਨਹੀਂ, ਸਾਡੇ ਤਾਂ ਕੋਈ ਪੁਲਿਸ ਵਾਲਾ ਵੀ ਨਹੀਂ ਮੱਥੇ ਲੱਗਿਆ, ਨਾ ਮੇਰੇ ਕਾਕੇ ਦੇ ਨਾ ਮੇਰੇ, ਅਤੇ ਅਸੀਂ ਤਾਂ ਮੰਗ ਮੰਗ ਕੇ ਇੰਨਾ ਹੱਥਾਂ ਨਾ, ਫਿਰ ਮੈਂ ਮੇਰੇ ਪੁੱਤ ਦਾ ਇਲਾਜ ਕਰਾਇਆ, ਚੰਡੀਗੜ੍ਹ 1.5 ਮਹੀਨਾ ਰਿਹਾ ਜੀ। ਫਿਰ ਤੁਸੀਂ ਕੋਈ ਉਹਦੇ 'ਤੇ ਕਾਰਵਾਈ ਕੋਈ ਕੇਸ ਵਗੈਰਾ ਨਹੀਂ ਕਰਿਆ ਜੀ? ਕੇਸ ਤਾਂ ਕਿੱਥੋਂ ਕੁ ਤੱਕ ਗੱਲ ਪਹੁੰਚੀ ਹੈ ਹੁਣ? ਇਹ ਜੀ ਇੱਥੇ ਮਾਨਸਾ ਕੇਸ ਕਰਿਆ, ਅਤੇ ਕੁਛ ਤਾਂ ਹੁਣ ਤਕੜੇ ਬੰਦੇ ਤਾਂ ਪੈਸੇ ਦੇ ਦਿੰਦੇ ਆ ਜੀ, ਅਸੀਂ ਜਦੋਂ ਆਪ ਹੀ ਮੰਗਣ ਲੱਗ ਗਏ ਅਸੀਂ ਕਿੱਥੋਂ ਪੈਸੇ ਦੇ ਦਿਆਂਗੇ? ਯਾਨੀ ਪੈਰਵਾਈ ਨਹੀਂ ਹੋਈ ਕਿ? ਹਾਂ, ਟਰੱਕ ਵਾਲੇ ਨੇ ਪੈਸੇ ਦੇ ਤੇ, ਉਹ ਕੋਈ ਕੁਛ ਨਹੀਂ ਸੁਣੀ ਸਾਡੇ ਗਰੀਬਾਂ ਦੀ।
ਤੁਸੀਂ ਵੇਖੋ ਯਾਰ, ਇੱਕ ਤਾਂ ਇਹ ਦੁਖਾਂਤ ਪੈ ਗਈ, ਮੁਸੀਬਤ ਪੈ ਗਈ ਮਾਂ ਇਸ ਮਾਤਾ ਦਾ ਮੁੰਡਾ ਨਾ, ਮੈਂ ਕਹਿੰਦਾ ਵੀ 6 ਫੁੱਟ ਕੱਦ ਹੋਊਗਾ, ਚੋਬਰ ਸੀ, ਪਰ ਟਰੱਕ ਚੜ ਗਿਆ, ਦੋਨੇ ਲੱਤਾਂ ਕੱਟੀਆਂ ਪਈਆਂ ਇਸ ਤਰੀਕੇ ਦੇ ਨਾਲ, ਪਰ ਇਨਸਾਨੀਅਤ ਬਰਕਰਾਰ ਰੱਖਿਆ ਕਰੋ। ਮੈਂ ਕਹਿੰਦਾ ਟਰੱਕ ਵਾਲੇ ਵੀਰਾਂ ਨੂੰ ਵੀ ਠੀਕ ਆ, ਗਲਤੀ ਹੋ ਗਈ, ਕੋਈ ਕਿਸੇ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਹੁੰਦੀ, ਪਰ ਇਨਸਾਨੀਅਤ ਵੀ ਕੋਈ ਚੀਜ਼ ਹੁੰਦੀ ਹੈ, ਜਿੰਨੀ ਕੁ ਮਦਦ ਹੋ ਸਕਦੀ ਹੈ ਪਰਿਵਾਰ ਦੀ ਕਰ ਦਿਓ ਯਾਰ। ਅੱਜ ਇਹ ਤਾਂ ਵਿਚਾਰੇ ਭਖਾਰੀਆਂ ਤੋਂ ਵੀ ਭੈੜੀ ਹਾਲਤ ਹੋਈ ਪਈ ਆ, ਦਰ ਦਰ ਮੰਗਦੇ ਫਿਰਦੇ ਆ, ਠੀਕ ਆ, ਕਿਤੇ ਕਿਤੋਂ ਵਿਚਾਰੀ ਮਾਤਾ ਮੰਗ ਕੇ ਲਿਆਉਂਦੀ ਆ, ਕਿਤੇ ਕਿਤੋਂ ਮੰਗ ਕੇ ਲਿਆਉਂਦੀ ਆ, ਮੇਰੇ ਤੱਕ ਇਹ ਗੱਲ ਪਹੁੰਚੀ ਸੀ, ਤੁਸੀਂ ਪਿਆਰ ਦਿੰਦੇ ਹੋ, ਠੀਕ ਆ, ਹੁਣ ਨਾ ਇਹਨਾਂ ਕੋਲ ਰਹਿਣ ਦੇ ਵਾਸਤੇ ਘਰ ਆ, ਕਹਿੰਦੇ ਕੋਈ ਇੱਕ ਕਮਰਾ ਹੀ ਸਾਨੂੰ ਪਾ ਦੇ, ਹੁਣ ਇਹਦਾ ਵਿਚਾਰੇ ਦਾ ਇਲਾਜ ਕਰਾਈ ਜਾਂਦੇ ਆ, ਕਿੰਨੇ ਕੁ ਪੈਸੇ ਮਾਤਾ ਇਲਾਜ ਤੇ ਲੱਗ ਗਏ? ਲੱਗ ਗਏ ਜੀ 2-3 ਲੱਖ, ਉਹ ਵੀ ਸਾਰਾ ਆਪ ਲਾਇਆ? ਹਾਂਜੀ, ਮੰਗ ਕੇ ਪਿੰਡ ਚੋਂ ਮੰਗ ਕੇ, ਕੁਛ ਮੰਡੀ ਚੋਂ ਮੰਗ ਕੇ, ਫਿਰ ਮੈਂ ਇਲਾਜ ਕਰਾਇਆ। ਠੀਕ ਹੋ? ਕੀ ਨਾਮ ਆ? ਅੰਮ੍ਰਿਤ ਭਾਈ। ਰੋਣਾ ਨਹੀਂ ਜਮਾਂ, ਮੈਂ ਤੇਰੀ ਦੁੱਖ ਨੂੰ ਸਮਝਦਾ ਅੰਮ੍ਰਿਤ, ਰੋਣਾ ਨਹੀਂ, ਚੰਗਾ? ਮਾਤਾ ਰੋਣਾ ਨਹੀਂ, ਉਰੇ ਆ, ਰੋਣਾ ਨਹੀਂ, ਇਹ ਰੱਬ ਨੇ ਕਰਤੀ, ਆਪਣੇ ਕਿਹੜਾ ਬਸ ਸੀਗਾ, ਰੋਣਾ ਨਹੀਂ। ਕਮਰਾ ਪਾਉਣਾ ਆਪਾਂ? ਪਾਉਣਾ ਨਾ ਕਮਰਾ, ਹੈ ਨਾ, ਆਪਾਂ ਕਮਰਾ ਪਾ ਦਿਆਂਗੇ, ਠੀਕ ਆ। ਤੂੰ ਹੁਣ ਦਵਾਈ ਲੈ ਕੇ ਆ, ਦਵਾਈ ਚੱਲਦੀ ਆ? ਕੁਛ ਨਹੀਂ ਬੋਲਿਆ ਜਾਂਦਾ, ਇਦੋਂ ਵੱਡਾ ਦੁੱਖ ਕੀ ਹੋਊਗਾ। ਮੈਂ ਤਾਂ ਇਹ ਕਹਿੰਦਾ ਵੀ ਜਿਹਨੇ ਟਰੱਕ ਮਾਰਿਆ ਯਾਰ, ਚੱਲ ਵੱਜ ਤੇ ਗਿਆ, ਹੋ ਤੇ ਗਿਆ, ਵਕੀਲ ਸਾਹਿਬ ਨੂੰ ਵੀ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹਨਾਂ ਦੀ ਕਹਾਣੀ ਤਨ ਪੱਤਣ ਲਾ ਦਿਓ। ਤੁਸੀਂ ਵੇਖੋ ਸਾਰਾ ਪਰਿਵਾਰ ਵਿਲਕ ਰਿਹਾ, ਰੋ ਰਿਹਾ, ਇਹ ਪਰਿਵਾਰ ਨਹੀਂ ਰੋਂਦਾ, ਇਹ ਉਹ ਰੱਬ ਰੋਂਦਾ ਜਿਨ੍ਹਾਂ ਨੇ ਕੀਤੀਆਂ, ਇੱਥੇ ਸਾਰਾ ਕੁਛ ਭਰਨਾ ਪੈਂਦਾ, ਇਹ ਕੋਈ ਕਿਤੇ ਵੱਖਰਾ ਕਮਰਾ ਨਹੀਂ ਬਣਿਆ ਉੱਪਰ ਜਾ ਕੇ, ਫਿਰ ਮੈਥੋਂ ਤਾਂ ਜਜ਼ਬਾਤੀ ਹੋ ਕੇ ਨਾ ਇਹ ਗੱਲਾਂ ਬੋਲੀਆਂ ਜਾਂਦੀਆਂ, ਭਲਾ ਮੈਨੂੰ ਕੁਛ ਝੱਲਣਾ ਪੈ ਜਾਂਦਾ ਬਾਅਦ ਦੇ ਵਿੱਚ, ਹੁਣ ਇਹਨਾਂ ਦਾ ਕਸੂਰ ਕੀ ਆ? ਠੀਕ ਆ, ਘਟਨਾ ਹੋ ਗਈ, ਆਹ ਕੁਛ ਹੋ ਗਿਆ, ਇਸ ਪਰਿਵਾਰ ਨਾਲ ਖੜਨ ਦਾ ਫਰਜ਼ ਨਹੀਂ ਬਣਦਾ ਸੀ ਟਰੱਕ ਵਾਲੇ ਦਾ, ਜਾਂ ਜਿਹੜੇ ਮਾਲਕ ਦਾ ਉਹ ਟਰੱਕ ਸੀਗਾ, ਕਿ ਉਹਨਾਂ ਨੂੰ ਮਾੜਾ ਮੋਟਾ ਵੀ ਇਹ ਚੀਜ਼ ਨਹੀਂ ਚਾਹੀਦੀ ਸੀ ਵੀ ਇਨਸਾਨੀਅਤ ਤੌਰ 'ਤੇ ਆਹ ਪੁੱਛਦੇ ਪਰਿਵਾਰ 'ਤੇ, ਤੁਹਾਡੇ ਘਰੇ ਆ ਬੱਚੇ ਤਾਂ ਤੁਹਾਡੇ ਘਰੇ ਵੀ ਹੋਣਗੇ, ਆਹ ਘਟਨਾ ਜਿਹਦੇ ਨਾਲ ਘਟਦੀ ਹੈ, ਫਿਰ ਉਹ ਜਾਣ ਕਿੱਥੇ? ਇੱਕ ਤਾਂ ਲੋੜਵੰਦ ਪਰਿਵਾਰ ਆ, ਮਾਰੇ ਵੇ ਆ, ਠੀਕ ਆ, ਆਰਥਿਕ ਪੱਖ ਹੈ ਨਹੀਂ, ਦੂਜਾ ਕੁਦਰਤ ਨੇ ਆਹ ਕੀਤਾ, ਫਿਰ ਨਾਲ ਖੜਨ ਦਾ ਕੋਈ ਫਰਜ਼ ਨਹੀਂ ਬਣਦਾ ਸੀ। ਹੁਣ ਇਹ ਮਾਤਾ ਆਹ ਉਮਰ 'ਚ ਕੰਮ ਕਰਦੀ ਆ, ਧੱਕੇ ਖਾਂਦੀ ਆ, ਦੱਸੋ ਤੁਸੀਂ ਫਿਰ ਕੀ? ਰੋਣਾ ਨਹੀਂ ਅੰਮ੍ਰਿਤ ਯਾਰ, ਆਪਾਂ ਕਮਰਾ ਪਾਵਾਂਗੇ, ਰਵਾਂਗੇ, ਠੀਕ ਆ, ਕੋਈ ਬਾਬਾ ਸੁੱਖ ਰੱਖੇ ਤੈਨੂੰ ਕੋਈ ਰੇਹੜੀ ਰੂੜੀ ਵੀ ਲਾ ਕੇ ਦੇਵਾਂਗੇ, ਜਿੱਥੇ ਤੂੰ ਕੋਈ ਸਬਜ਼ੀ ਕੋਈ ਉਹੋ ਜਿਹਾ ਕੰਮ ਵੇਚ ਸਕੇ, ਚੰਗਾ? ਰੋਣਾ ਨਹੀਂ ਮੇਰਾ ਬਾਈ। ਟਰੱਕ ਵਾਲੇ ਨਾਲ ਫਿਰ ਕਦੇ ਗੱਲ ਨਹੀਂ ਹੋਈ? ਆਇਆ ਨਹੀਂ ਕਦੇ ਉਹ? ਹੈ, ਪੁਲਿਸ ਨੇ ਕੋਈ ਕਾਰਵਾਈ ਕਰੀ ਨਹੀਂ? ਕਰੀ ਨਹੀਂ, ਫਿਰ ਗੱਲ ਕਿੱਥੇ ਪਹੁੰਚੀ? ਹੁਣ ਕੋਰਟ ਕੇਸ ਚੱਲਦਾ, ਗਿਆ ਤੂੰ ਕਦੇ ਕੋਰਟ 'ਚ? ਉਹ ਚੱਲਦਾ ਜੀ ਕੇਸ। ਤੈਨੂੰ ਸੱਦਿਆ ਕਦੇ? ਨਾ ਜੀ। ਕੋਈ ਗੱਲਬਾਤ ਨਹੀਂ ਹੋਈ ਅਜੇ? ਕਿੰਨਾ ਟਾਈਮ ਹੋ ਗਿਆ ਇਹ ਘਟਨਾ ਹੋਈ ਨੂੰ? ਇਹ ਮੂੰਗੀ ਵੇਲੇ ਹੋਈ। ਸਾਲ ਹੋ ਗਿਆ ਮਾਤਾ? ਸਾਲ ਹੋ ਗਿਆ ਮੂੰਗੀ ਵੇਲੇ। ਉਹ ਟਰੱਕ ਵਾਲਿਆਂ ਦਾ ਪਰਿਵਾਰ ਤੈਨੂੰ ਮਿਲਣ ਨਹੀਂ ਆਇਆ ਕਦੇ? ਲੇਖਾ ਇੱਥੇ ਹੀ ਦੇਣਾ ਪੈਣਾ, ਬੇਸ਼ੱਕ ਬਾਈ ਦੀਆਂ ਤੁਸੀਂ ਦੇਖ ਲਓ, ਦੋਨੇ ਲੱਤਾਂ ਕੱਟੀਆਂ ਗਈਆਂ, ਦੋਨੇ ਲੱਤਾਂ, ਅਤੇ ਤੁਸੀਂ ਇਹ ਦੇਖ ਸਕਦੇ ਹੋ ਵੀ 6 ਫੁੱਟ ਦੇ ਨੇੜੇ ਸੀ, ਆਹ ਮਾਂ ਬਾਪ ਦੇ ਇਸ ਨੇ ਸਹਾਰਾ ਬਣਨਾ ਸੀ। ਘਟਨਾ ਹੋ ਜਾਂਦੀਆਂ, ਬੰਦੇ ਦੇ ਹੱਥ ਵੱਸ ਕੁਛ ਨਹੀਂ। ਮੈਂ ਕਹਿੰਦਾ ਵੀ ਬੇਸ਼ੱਕ ਟਰੱਕ ਵਾਲੇ ਨੇ ਜਾਣ ਕੇ ਨਹੀਂ ਮਾਰਿਆ, ਪਰ ਭੱਜਣ ਵਾਲੀ ਗੱਲ, ਜਾਂ ਮੁੜ ਕੇ ਟਰੱਕ 'ਤੇ ਲੈ ਗਏ, ਜ਼ਮਾਨਤ ਕਰਾ ਕੇ ਲੈ ਗਏ, ਜ਼ਮਾਨਤ ਕਰਾ ਕੇ ਟਰੱਕ? ਜ਼ਮਾਨਤ ਕਰਾ ਕੇ ਜੀ। ਹਾਂ, ਲੈ ਗਏ ਜੀ। ਹੁਣ ਚੱਲਦਾ ਰੋਡ 'ਤੇ ਟਰੱਕ? ਹਾਂ, ਰੋਡ 'ਚ ਡਿੰਪਰ ਚੱਲਦਾ ਜੀ। ਇੱਥੇ ਇੱਥੋਂ ਦੀ ਲੰਘਦਾ ਤੁਹਾਡੇ ਨਾਲ? ਰੋਜ਼ ਹੀ ਲੰਘਦਾ ਜੀ। ਲੰਘਦਾ ਜੀ, ਹੁਣ ਲੰਘੂਗਾ ਜੀ। ਡਰਾਈਵਰ ਵੀ ਉਹੀ ਆ? ਹਾਂ ਜੀ।
ਹਾਂ ਜੀ ਨੰਗੇ ਦਾ ਜੀ। ਦੱਸੋ ਯਾਰ ਤੁਹਾਡਾ ਕਿਵੇਂ ਜਿਗਰਾ ਪੈਂਦਾ, ਮੈਂ ਕਹਿੰਦਾ ਉਹ ਟਰੱਕ ਚਲਾਉਣ ਵਾਲੇ ਭਰਾ ਨੂੰ ਜਾਂ ਜਿਹਦਾ ਟਰੱਕ ਆ, ਆਹ ਪਰਿਵਾਰ ਇਸ ਪੈਲਸ 'ਚ ਇੱਥੇ ਜ਼ਿੰਦਗੀ ਠੀਕ ਆ ਇੱਕ ਨਰਕ ਨੂੰ ਜਿਉਂ ਰਿਹਾ, ਇੰਨੀ ਗਰਮੀ ਦੇ ਵਿੱਚ ਇੱਥੋਂ ਦੀ ਇਸੇ ਰੋਡ ਉੱਤੋਂ ਦੀ ਉਹ ਟਰੱਕ ਲੰਘਦਾ, ਕਿਵੇਂ ਜੀਰਾ ਪੈਂਦਾ ਇੱਥੋਂ ਦੀ ਤੁਹਾਡਾ ਲੰਘਣ ਦਾ ਯਾਰ, ਇੰਨਾ ਦਾ ਕਸੂਰ ਕੀ ਆ ਵੀ ਇੱਕ ਤੁਰਿਆ ਆਉਂਦਾ ਬੰਦਾ ਥੱਲੇ ਆ ਗਿਆ, ਕੌਣ ਖੜੂ ਇਹਨਾਂ ਨਾਲ ਉਸ ਮਾੜੀ ਮੋਟੀ ਇਨਸਾਨੀਅਤ। ਮੈਂ ਹੱਥ ਬੰਨ ਕੇ ਬੇਨਤੀ ਕਰਦਾ ਮਾਨਸਾ ਪੁਲਿਸ ਡਿਪਾਰਟਮੈਂਟ ਨੂੰ ਜਾਂ ਵਕੀਲ ਸਾਹਿਬਾਨ ਨੂੰ, ਆਹ ਪਰਿਵਾਰ ਨੂੰ ਜਿੰਨਾ ਕੁ ਹੱਕ ਆ ਉਨਾ ਕੁ ਤਾਂ ਦਵਾ ਦੇਈਏ, ਲੱਤਾਂ ਤਾਂ ਚੱਲ ਬਾਈ ਦੀਆਂ ਨਹੀਂ ਅਸੀਂ ਵਾਪਸ ਲਿਆ ਸਕਦੇ, ਇਸ ਮਾਂ ਨੇ ਮੰਗ ਮੰਗ ਕੇ ਇਲਾਜ ਕਰਾਇਆ, ਕਿਵੇਂ ਇਹਨੂੰ ਮਾੜਾ ਮੋਟਾ ਇੱਥੋਂ ਤੱਕ ਇਹ ਹੋ ਗਿਆ। ਠੀਕ ਆ ਮੈਂ ਮੰਨ ਸਕਦਾ ਵੀ ਕੁਛ ਵੀ। ਅੱਛਾ ਮੇਰੀ ਇੱਕ ਗੱਲ ਸੱਚੀ ਸੱਚੀ ਗੱਲ ਦੱਸਣੀ ਅੰਮ੍ਰਿਤ, ਦੱਸੋ ਜੀ, ਜਦੋਂ ਤੂੰ ਆਉਂਦਾ ਸੀ ਤੁਰਿਆ ਜਾਂ ਜਦੋਂ ਟਰੱਕ ਚੜਿਆ ਕੋਈ ਨਸ਼ਾ ਪਤਾ ਤਾਂ ਨਹੀਂ ਕੀਤਾ ਸੀ? ਨਾ, ਮੂੰਗੀ ਭਰ ਕੇ ਜੀ। ਮੂੰਗੀ ਭਰ ਕੇ ਆਉਂਦਾ ਸੀ? ਮੂੰਗੀ ਭਰ ਕੇ ਜੀ। ਤੁਰ ਕੇ ਆਈ ਜਾਂਦਾ ਸੀ? ਹਾਂ ਜੀ, ਆਹ ਟੁੱਟੇ ਟੁੱਟਦੇ। ਅੱਛਾ ਉੱਥੇ ਮੂੰਗੀ ਭਰ ਕੇ ਦਿਹਾੜੀ ਤੋਂ ਵਾਪਸ ਆ ਰਿਹਾ ਸੀ? ਹਾਂ ਜੀ। ਤੇ ਫਿਰ ਦੱਸੋ ਯਾਰ ਕੌਣ ਕੌਣ ਗੱਲ ਸਮਝੂਗਾ ਇਹ, ਦੱਸੋ ਤੁਸੀਂ ਕਿਵੇਂ ਪਰਿਵਾਰ ਨੇ ਇਲਾਜ ਕਰਾਇਆ ਅੱਜ? ਮੈਂ ਕਹਿੰਦਾ ਇਹੋ ਜਿਹੀ ਗਰਮੀ 'ਚ ਸਾਥੋਂ 5 ਮਿੰਟ 10 ਮਿੰਟ ਖੜ੍ਹਾ ਤੱਕ ਨਹੀਂ ਜਾਂਦਾ, ਅਤੇ ਇਹਨੂੰ ਅਪਾਹਜ ਬਣਾ ਕੇ ਰੱਖ ਦਿੱਤਾ, ਦੱਸੋ ਤੁਸੀਂ ਫਿਰ ਵੀ ਤੁਸੀਂ ਇਹਦੇ ਨਾਲ ਨਹੀਂ ਖੜ੍ਹਨ ਤੱਕ ਗਏ? ਤੁਸੀਂ ਇਹ ਪਰਿਵਾਰ ਨੂੰ, ਮੈਂ ਕਹਿੰਦਾ ਟਰੱਕ ਵਾਲੇ ਮਾਲਕ ਨੂੰ ਚਾਹੀਦੇ ਸੀ, ਬਣਾਵਾਲੀ ਦਾ ਟਰੱਕ ਸੀ, ਬਣਾਵਾਲੀ ਪਿੰਡ ਦਾ ਜਿੱਥੋਂ ਦਾ ਉਹ MLA ਹੁਣ ਗੁਰਪ੍ਰੀਤ ਸਿੰਘ ਬਣਾਵਾਲੀ ਦਾ, ਸ਼ਾਇਦ ਆਮ ਆਦਮੀ ਪਾਰਟੀ ਦਾ MLA ਵੀ ਆ ਗੁਰਪ੍ਰੀਤ ਸਿੰਘ ਬਣਾਵਾਲੀ, ਉਹ MLA ਨੂੰ ਨਹੀਂ ਮਿਲੇ ਮਾਤਾ ਤੁਸੀਂ? 2 ਵਾਰੀ ਜਾਏ ਉਹਨੇ ਤਾਂ ਮੇਰੀ ਗੱਲ ਨਹੀਂ ਸੁਣੀ, 5 ਰੁਪਏ ਨਹੀਂ ਦਿੱਤੇ ਉਹਨੇ ਗੁਰਪ੍ਰੀਤ ਨੇ? ਉਹਨੇ ਉਸ ਪਰਿਵਾਰ ਨੂੰ ਨਹੀਂ ਕਿਹਾ ਜਿਹੜਾ ਟਰੱਕ ਵਾਲਾ ਸੀ? ਕਦੇ ਕੁਛ ਨਹੀਂ ਕਿਹਾ ਮੰਦੋ ਸਰ। ਨਾਮ ਕੀ ਹੈ ਟਰੱਕ ਵਾਲਿਆਂ ਦਾ, ਤੁਹਾਨੂੰ ਪਤਾ ਕੋਈ ਨਾਮ? ਨਾਮ ਦਾ ਨਹੀਂ ਸਰ ਪਤਾ, ਟਰੱਕ ਵੀ ਰਿਹਾ ਉੱਥੇ ਇੱਥੇ ਥਾਣੇ 'ਚ, ਸਿਟੀ 2 'ਚ ਟਰੱਕ ਰਿਹਾ। ਦੱਸੋ ਯਾਰ ਤੁਸੀਂ ਦੱਸੋ, ਮੈਂ ਤਾਂ ਇਹੀ ਕਹਿੰਦਾ ਹਜੇ ਵੀ ਟਰੱਕ ਵਾਲੇ ਭਰਾ ਨੂੰ ਮੈਂ ਬੇਨਤੀ ਕਰਦਾ ਵੀ ਡੁੱਲੇ ਵੇਰਾਂ ਦਾ ਕੁਛ ਨਹੀਂ ਵਿਗੜਿਆ, ਭਰਨਾ ਇੱਥੇ ਹੀ ਪੈਂਦਾ, ਜਿਹੇ ਜਿਹਾ ਕਰਾਂਗੇ ਉਹੇ ਜਿਹਾ ਹੀ ਭਰਨਾ ਪਊ। ਠੀਕ ਆ ਤੁਸੀਂ ਕੋਈ ਜਾਣ ਕੇ ਟਰੱਕ ਨਹੀਂ ਚੜਾਤਾ, ਕੋਈ ਤੁਸੀਂ ਇਹਦੇ ਨਾਲ ਤੁਹਾਡੀ ਕੋਈ ਦੁਸ਼ਮਣੀ ਨਹੀਂ ਸੀ, ਪਰ ਉਸ ਤੋਂ ਬਾਅਦ ਜਿਹੜੀ ਇਨਸਾਨੀਅਤ ਨਹੀਂ ਨਿਭਾਈ ਗਈ, ਉਹ ਫਰਜ਼ ਨੂੰ ਨਹੀਂ ਪਛਾਣਿਆ ਗਿਆ, ਉਹਦੇ ਵਿੱਚ ਕਿਤੇ ਨਾ ਕਿਤੇ ਸਿੱਧੇ ਦੋਸ਼ੀ ਹੋ। ਠੀਕ ਆ ਅੱਜ ਪੈਸੇ ਦਾ ਦੌਰ ਆ, ਪੈਸੇ ਦੇ ਦੌਰ 'ਤੇ ਸਾਰਾ ਕੁਛ, ਤੁਸੀਂ ਟਰੱਕ ਵੀ ਕਢਾ ਲਿਆ, ਸਾਰਾ ਕੁਛ ਹੋ ਗਿਆ, ਕੇਸ ਵੀ ਚੱਲਦਾ, ਹੋ ਸਕਦਾ ਕਿਤੇ ਨਾ ਕਿਤੇ ਇਹਨਾਂ ਨੂੰ ਕੁਛ ਮਿਲ ਜੇ, ਪਰ ਯਾਰ ਕੇਸ ਤੱਕ ਤਾਂ ਇਹ ਗੱਲ ਜਾਣੀ ਨਹੀਂ ਚਾਹੀਦੀ ਸੀ। ਇਨਸਾਨੀਅਤ ਤੌਰ 'ਤੇ ਇਹ ਪਰਿਵਾਰ ਦੀ ਮਦਦ ਕਰ ਦਿੰਦੇ, ਇੱਕ ਕਮਰੇ ਨੂੰ ਵਿਲਕਦੇ ਆ, ਆਹ ਰੋਟੀ ਪਾਣੀ ਨੂੰ ਵਿਲਕਦਾ ਮਾਂ ਪਿਓ ਇਹਦਾ। ਠੀਕ ਹੈ ਇੱਕ ਆਸਾਂ ਸੀ ਵੀ ਇਸ ਪੁੱਤ ਨੇ ਕਮਾਉਣਾ ਗਾ, ਅਤੇ ਇਹ ਵਿਲਕਦੇ ਪਏ। ਕਿੱਥੋਂ ਲੈ ਕੇ ਆਇਆ ਰੋਟੀ ਤੂੰ? ਅੱਜ ਤੂੰ ਲੈ ਕੇ ਆਇਆ ਹੋਟਲ ਤੋਂ ਲੈ ਕੇ ਆਇਆ, ਰੋਟੀ ਖਾਣ ਮੈਂ ਭੁੱਖ ਲੱਗੀ ਪਈ ਹੋਈ। ਦੇਖੋ ਯਾਰ ਐਂ ਰੋਟੀ ਮੰਗ ਮੰਗ ਕੇ ਲਿਆਉਂਦੇ ਆ ਇਹ ਯਾਰ, ਫਿਰ ਕੌਣ ਇਨਸਾਨੀਅਤ ਸਮਝੂਗਾ? ਠੀਕ ਆ ਠੀਕ ਆ, ਮਾਤਾ ਦੇ ਇੱਕ ਬੇਟਾ ਵਿਆਹਿਆ, ਆਰਥਿਕ ਪੱਖ ਹੀ ਇੱਦਾਂ ਦੇ ਹੁੰਦੇ ਆ ਸਾਡੇ ਆਮ ਲੋੜਵੰਦਾਂ ਪਰਿਵਾਰਾਂ ਦੇ, ਕਿੱਥੋਂ ਆ ਰੋਟੀ ਇੱਦਾਂ ਮੰਗ ਮੰਗ ਖਾਂਦੇ ਆ, ਫਿਰ ਕੌਣ ਕੌਣ ਇਹਨਾਂ ਦਾ ਜ਼ਿੰਮੇਵਾਰ ਕੌਣ ਆ? ਕੀ ਅਸੀਂ ਇੰਨੇ ਸ਼ਰਮਸ਼ਾਰ ਹੋ ਗਏ ਵੀ ਅਸੀਂ ਕੋਈ ਗੱਲ ਮੰਨਣੀ ਨਹੀਂ ਯਾਰ? ਬੋਲਿਆ ਜਾਂਦਾ ਮੈਥੋਂ ਤਾਂ ਬਹੁਤ ਜ਼ਿਆਦਾ ਬੋਲਿਆ ਜਾਂਦਾ, ਬੇਸ਼ੱਕ ਮੇਰੇ ਕੋਈ ਮੁੜ ਕੇ ਮਗਰ ਪੈ ਜੇ, ਭਲਾ ਕੋਈ ਮੈਨੂੰ ਗਲਤ ਕਹਿ ਦੇ ਵੀ ਦੂਜਾ ਪੱਖ ਨਹੀਂ ਸੁਣਿਆ ਇਹ ਬੋਲਦਾ, ਪਰ ਆਹ ਤਾਂ ਸਾਡੇ ਸਾਵੇਂ ਆ ਉਹਦੀਆਂ ਦੋਨੇ ਲੱਤਾਂ। ਤੁਸੀਂ ਦੱਸੋ ਠੀਕ ਆ ਇਹ ਆਪਦੇ ਲਈ ਮੰਗ ਕੇ ਲਿਆ, ਮਾਂ ਪਾਉਣੇ ਹਜੇ ਕਿਤੇ ਜਾ ਕੇ ਰੋਟੀ ਖਾਣੀ ਆ, ਪਰ ਆਪਾਂ ਜ਼ਰੂਰ ਨਾਲ ਖੜਨਾ, ਬੇਸ਼ੱਕ ਟਰੱਕ ਵਾਲਾ ਨਹੀਂ ਖੜਿਆ, ਬੇਸ਼ੱਕ ਕਿਸੇ ਨੇ ਹੋਰ ਨਹੀਂ ਇਹਨਾਂ ਦੇ ਨਾਲ ਖੜਨ ਦੀ ਕੋਸ਼ਿਸ਼ ਕੀਤੀ, ਬੇਸ਼ੱਕ ਹਜੇ ਇਨਸਾਫ ਦੀ ਕੋਈ ਆਸ ਨਹੀਂ ਕਿਤੇ ਜਾਗਦੀ ਦੀ, ਪਰ ਆਪਾਂ ਰਲ ਮਿਲ ਕੇ ਇਸ ਪਰਿਵਾਰ ਨਾਲ ਖੜਨਾ, ਇੱਕ ਤਾਂ ਮਾਤਾ ਦਾ ਕੰਮ ਛਡਾਉਣਾ, 1500-2000 ਦਾ ਸੌਦਾ ਉਹ ਇਹਨੂੰ ਦਵਾ ਕੇ ਲਿਆਉਣਾ, ਅਤੇ ਅੱਗੇ ਆਪਾਂ ਕਮਰਾ ਪਾ ਕੇ ਜੇ ਰੱਬ ਨੇ ਚਾਹਿਆ
ਤੁਸੀਂ ਨਾਲ ਸਾਥ ਦਿੱਤਾ ਤਾਂ ਬੇਸ਼ੱਕ ਠੀਕ ਆ, ਹੈਂਡੀਕੈਪਟ ਬਹੁਤ ਬੰਦੇ ਨੇ ਜਿਹੜੇ ਆਪਦਾ ਕੰਮ ਕਰੀ ਜਾਂਦੇ ਆ, ਠੀਕ ਆ, ਭਲਾ ਇਹਨੂੰ ਕਿਤੇ ਸਬਜ਼ੀ ਦੀ ਰੇਹੜੀ ਲਾ ਕੇ ਦੇਈਏ ਜਿੱਥੇ ਬੈਠ ਕੇ ਕੋਈ ਆਪਦਾ 200-400 ਇਹ ਕਮਾ ਸਕੇ, ਆਪਦਾ ਟਾਈਮ ਪਾਸ ਕਰ ਲਈ। ਮਾਂ ਪਿਓ ਨੇ ਤਾਂ ਕਹਿਤਾ ਵੀ ਅਸੀਂ ਕਿੰਨਾ ਚਿਰ ਆ, ਇਹ ਉਹ ਮਰਦੇ ਉੱਦੇ ਗਏ ਸੀ ਅੰਦਰੋਂ ਜਿੱਦੇ ਬਾਈ ਨਾ ਘਟਨਾ ਹੋ ਗਈ ਆ, ਹੁਣ ਇਹ ਨਿੱਤ ਮਰਦੇ ਆ, ਥੋੜ੍ਹਾ ਥੋੜ੍ਹਾ ਕਰਕੇ ਨਿੱਤ ਮਰਦੇ ਆ, ਇਹ ਜਿਉਂਦੇ ਅੰਦਰੋਂ ਨਹੀਂ ਜਿਉਂਦੇ, ਇਹ ਕਦੋਂ ਸਮਝਾਂਗੇ ਇਹ ਗੱਲਾਂ ਯਾਰ। ਕੋਈ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਚੀਕ ਚੀਕ ਕੇ ਹਰ ਗੱਲ ਕਹਿਣੀ ਆ, ਕਿ ਇਹਨਾਂ ਦੇ ਇੱਥੋਂ ਦੇ ਕਿਤੇ ਪ੍ਰਸ਼ਾਸਨ ਨੂੰ ਇਹ ਗੱਲ ਨਹੀਂ ਦਿਸੀ ਕਿ ਉਹ ਜਿਨ੍ਹਾਂ ਨੇ ਆਹ ਕੰਮ ਕੀਤਾ ਉਹਨਾਂ ਨੂੰ ਇਹ ਪਰਿਵਾਰ ਨਹੀਂ ਦਿਸਦਾ ਚੂਕਦਾ ਯਾਰ। ਉਹ ਤਾਂ ਰੱਬ ਤੋਂ ਵੀ ਕਿਤੇ ਡਰ ਜਾਓ, ਐਡੇ ਵੀ ਨਿਰਦਈ ਨਾ ਬਣੋ, ਇਹਨਾਂ ਦਾ ਕੁਛ ਮਦਦ ਕਰੀਏ, ਆਪਾਂ ਰਲ ਮਿਲ ਕੇ ਕਰ ਲਾਂਗੇ, ਕੋਈ ਨਹੀਂ। ਤੈਨੂੰ ਕੰਮ ਕੋਈ ਜੇ ਸਬਜ਼ੀ ਦੀ ਰੇਹੜੀ ਲਾ ਤੇ ਵੇਚ ਦਿਆ ਕਰੇਂਗਾ ਕਿਤੇ ਵੀ ਲਾ ਦੇਗੇ, ਹੈਂ ਠੀਕ ਆ ਮਾਤਾ, ਇਹਨੂੰ ਉਹ ਕੰਮ ਚਲਾ ਦਿਆਂਗੇ ਜਿਹੜਾ ਬੈਠ ਕੇ ਕਰ ਸਕਦਾ। ਠੀਕ ਆ ਜੀ। ਤੂੰ ਕੋਈ ਕੰਮ ਜਾਣਦਾ ਕਿ ਬਸ ਕੱਲੀ ਦਿਹਾੜੀ ਜਾਂਦਾ ਸੀ? ਨਾ ਵੀ ਜੀ, ਦਿਹਾੜੀ ਜਾਂਦਾ ਸੀ। ਦਿਹਾੜੀ ਜਾਂਦਾ ਸੀ? ਅੱਛਾ, ਪੜਿਆ ਵੀ ਸੀ ਕੁਛ? ਨਾ ਵੀ, ਅਨਪੜ ਹੈ। ਅਨਪੜ ਸੀ? ਕਿਵੇਂ, ਘਰ ਦੇ ਹਾਲਾਤ ਸਹੀ ਨਹੀਂ ਸੀ, ਨਹੀਂ ਪੜਾ ਸਕੇ? ਹਾਂ ਜੀ। ਕੋਈ ਨਹੀਂ ਅਮ੍ਰਿਤ ਯਾਰ, ਤੂੰ ਪਰਵਾਹ ਨਾ ਮੰਨ, ਇੱਕ ਤਾਂ ਰੋਣਾ ਨਹੀਂ, ਜੇ ਤੂੰ ਰੋਏਗਾ ਨਾ ਫਿਰ ਬੇਬੇ ਬਾਪੂ ਜ਼ਿਆਦਾ ਰੋਂਦੇ ਆ, ਠੀਕ ਆ, ਬਸ ਇਹ ਰੱਬ ਦਾ ਭਾਣਾ ਹੀ ਮੰਨਣਾ ਆਪਾਂ। ਉਹ ਤਾਂ ਪਾਣੀ ਪੀ ਜਾਂਦੇ ਜੀ, ਮੈਂ ਉੱਥੋਂ ਆਇਆ ਜੀ। ਦਵਾਈ ਹੋਣੀ ਲਿਆਂਦੀ ਆ ਜੀ? ਕੋਈ ਪੱਕੀ ਦਵਾਈ ਖਾਂਦੇ ਅੰਕਲ? ਦਵਾਈ ਤਾਂ ਉਹ ਲਿਆਂਦੀ ਹੈਗੀ ਪ੍ਰਾਈਵੇਟ ਵੀ, ਦਵਾਈ ਖੁਰਨ ਵਾਲੀ ਇੱਕ ਦਵਾਈ ਆਉਂਦੀ ਹੁੰਦੀ ਪਤਰੀ ਪਤਰੀ ਖੁਰਜੇ, ਉਹ ਕੋਈ ਉਹ ਨਹੀਂ, ਪ੍ਰਾਈਵੇਟ ਦਵਾਈ ਦਿੱਤੀ ਆ ਜੀ, ਇੱਕ ਬੋਤਲ ਆਈ ਹੈ ਮੇਰੇ। ਪੱਕਾ ਪਤਾ ਤੁਹਾਨੂੰ ਵੀ ਪਥਰੀ ਆ? ਹਾਂ ਜੀ, ਟੈਸਟ ਕਰਾਇਆ? ਹਾਂ, ਪਥਰੀ ਆ ਇਹਨਾਂ ਦੇ ਬਜ਼ੁਰਗਾਂ ਦੇ, ਠੀਕ ਆ, ਗੁਰਦੇ ਦੀ ਪਥਰੀ ਆ। ਜੇ ਕੋਈ ਮੇਰਾ ਭੈਣ ਭਰਾ ਕੋਈ ਇਸ ਦਵਾਈ ਬਾਰੇ ਜਾਣਦਾ ਜਾਂ ਪੱਕੀ ਦਵਾਈ ਹੋਵੇ, ਕੋਈ ਉਹ ਗਲਤ ਗੱਲ ਨਾ ਕਰਿਓ, ਹੱਥ ਬੰਨ੍ਹ ਕੇ ਬੇਨਤੀ ਆ, ਹਨੇ ਤਾਂ ਪਹਿਲੇ ਵਕਤ ਦੇ ਮਾਰੇ ਆ, ਮੇਰੇ ਨਾਲ ਸੰਪਰਕ ਕਰ ਲਿਓ, ਠੀਕ ਆ, ਮੋਬਾਈਲ ਨੰਬਰ ਨੋਟ ਕਰ ਲਓ, 90609000045, ਮੇਰੇ ਨਾਲ ਸੰਪਰਕ ਕਰ ਲਿਓ। ਵੈਸੇ ਜੇ ਮੇਰੇ ਵੀ ਪਹੁੰਚ ਕੋਈ ਗੱਲਬਾਤ ਬਣੀ ਤਾਂ ਆਪਾਂ ਇਹਨਾਂ ਨੂੰ ਦਵਾਈ ਹੈ ਜਿਹੜੀ ਜ਼ਰੂਰ ਦਵਾਵਾਂਗੇ। ਹੁਣ ਇਹ ਵਿਚਾਰੇ ਹੁਣ ਵੀ ਛੁੱਟੀ ਦਵਾ ਕੇ ਲਿਆ, ਇਹੋ ਜਿਹੀ ਗਰਮੀ 'ਚ ਰਹਿੰਦੇ ਆ ਅਤੇ ਕੋਈ ਸ਼ੈੱਡ ਨਹੀਂ, ਕੁਛ ਨਹੀਂ। ਇੱਕ ਚਲੋ ਧੰਨਵਾਦ ਆ, ਮੈਂ ਇਸ ਪੈਲਸ ਵਾਲੇ ਭਰਾ ਦਾ ਵੀ ਧੰਨਵਾਦ ਕਰਦਾ ਜਿਹਨੇ ਇਹਨਾਂ ਨੂੰ ਜਗ੍ਹਾ ਦਿੱਤੀ ਹੈ ਇੱਥੇ ਬੈਠੋ। ਮਾਤਾ ਇੱਥੇ ਫਿਰ ਰਾਤ ਦੀ ਕੋਈ ਪਹਿਰੇਦਾਰੀ ਕਰਦੇ ਹੋ ਤੁਸੀਂ? ਹਾਂ ਤੇਰੇ ਅੰਕਲ ਪਹਿਰੇਦਾਰੀ, ਫਿਰ ਤੁਸੀਂ ਇੱਥੇ ਹੀ ਰਹਿ ਲੈਂਦੇ ਹੋ? ਹਾਂਜੀ ਹਾਂਜੀ, ਫਿਰ ਔਖਾ ਹੀ ਆ, ਬਹੁਤ ਜ਼ਿਆਦਾ ਔਖਾ। ਚਲੋ ਉਹ ਵੀਰ ਦਾ ਵੀ ਧੰਨਵਾਦ ਆ ਜਿਹੜਾ ਵਿਚਾਰਾ ਇਹਨਾਂ ਨੂੰ ਇੱਥੇ ਹੈ ਨਾ ਰੱਖੀ ਬੈਠਾ, ਬਿਠਾਈ ਬੈਠਾ, ਆਹੀ ਕੰਮ ਆ, ਹੋਰ ਕੋਈ ਕੰਮ ਨਹੀਂ ਕਰ ਸਕਦੇ। ਅਤੇ ਅੱਛਾ, ਉਦੋਂ ਮੁੜ ਕੇ ਕੋਈ ਤੁਸੀਂ ਤੁਹਾਨੂੰ ਬਣਾ ਵਾਲੀ ਦਾ ਜਿਵੇਂ ਟਰੱਕ ਸੀ, ਉੱਥੋਂ ਦੇ ਮਾਲਕ ਸੀ ਟਰੱਕ ਦੇ ਬੰਦੇ? ਨਾ, ਬਾਹਰ ਦੇ ਆ, ਖੁਸਰੇ ਦਾ ਟਰੱਕ ਸੀ ਡਰਾਈਵਰ ਤੇ ਟਰੱਕ ਬਣਿਆ ਉਹਨਾਂ ਦੀ ਜੀ। ਫਿਰ ਤੁਸੀਂ ਉੱਥੇ ਗਏ ਨਹੀਂ ਵੀ ਭਾਈ ਸਾਨੂੰ ਕੋਈ ਮਦਦ ਦੇ ਦਿਓ? ਉਹਨਾਂ ਘਰੇ ਘੁਰੇ ਨਹੀਂ ਪਹੁੰਚੇ? ਸਾਡੇ ਮੱਥੇ ਨਹੀਂ ਲੱਗਿਆ ਜੀ ਉਹ ਕੋਈ ਆ ਕੇ। ਅੱਛਾ, ਤੇ ਉਹਦੀ ਜ਼ਮਾਨਤ ਕਰਕੇ ਲੈ ਗਏ, ਨਾ ਟਰੱਕ ਲੈ ਗਿਆ ਨਾ ਡਰਾਈਵਰ ਦੀ ਲੈ ਗਈ ਜ਼ਮਾਨਤ। ਅਤੇ ਹੁਣ ਕੋਰਟ 'ਚ ਗੱਲ ਕਰਤੀ ਜੀ ਉਹਨਾਂ ਨੇ, ਪੁਲਿਸ ਵਾਲੇ ਨੇ ਕੋਰਟ 'ਚ ਕਰਤੀ ਗੱਲ। ਕੋਰਟ 'ਚ ਕਿੰਨੀਆਂ ਕੁ ਤਰੀਕਾਂ ਪੈ ਗਈਆਂ ਮਾਤਾ? ਤਰੀਕਾਂ ਕਹਿੰਦੇ ਆਖਰੀ ਆ ਜੀ ਹੁਣ ਆਹ ਤਰੀਕ, ਕਦੇ ਤਾਂ ਨਿਬੜ ਜੂ, ਕੀ ਪਤਾ ਹੈ ਕਹੇ। ਤੁਹਾਡੇ ਮੱਥੇ ਲੱਗੇ ਤਰੀਕ ਤੇ ਕਦੇ ਗੱਲ ਹੋਈ? ਕੋਈ ਵੀ ਨਹੀਂ ਮੱਥੇ ਲੱਗੇ ਸਾਡੇ, ਕੋਈ ਮੱਥੇ ਨਹੀਂ ਲੱਗੇ। ਨਹੀਂ ਫਿਰ ਨਿਬੜ ਕਿਵੇਂ ਜਾਊ ਜਦੋਂ ਤੁਹਾਡੇ ਸਾਹਮਣੇ ਉਹ ਮੁਰਝਮ ਨਹੀਂ ਆਇਆ? ਕੋਈ ਤੁਹਾਡੀ ਆਪਸ ਮੇਂ ਗੱਲਬਾਤ ਹੋਈ ਆ? ਨਾ ਵੀ ਹੋਈ। ਜੱਜ ਦੇ ਸਾਹਮਣੇ ਕੋਈ ਬਿਆਨ? ਨਾ ਵੀ, ਕੋਈ ਬਿਆਨ ਨਹੀਂ ਹੋਇਆ। ਫਿਰ ਤੁਹਾਡਾ ਵਕੀਲ ਕੌਣ ਆ? ਵਕੀਲ ਤਾਂ ਇੱਥੋਂ ਹੀ ਮਾਨਸਾ ਤੋਂ ਹੀ ਆ। ਫਿਰ ਉਹਨਾਂ ਨੇ ਉਹ ਦੱਸਿਆ ਵਕੀਲ ਸਾਹਿਬ ਨੇ ਤੁਹਾਨੂੰ? ਹਾਂ, ਉਹ ਕਹਿੰਦਾ ਵੀ 2-3 ਤਰੀਕਾਂ ਪੈਣਗੀਆਂ ਵੀ ਨਿਬੜ ਜੂ। ਉਹ ਤਕੜੇ ਬੰਦਿਆਂ ਨੇ ਪੈਸੇ ਦਿੱਤੇ, ਅਸੀਂ ਕਿੱਥੋਂ ਦੇ ਦੇਈਏ, ਗਰੀਬ ਬੰਦੇ
ਪੁਲਿਸ ਵਾਲਿਆਂ ਨੂੰ ਖਵਾ ਤੇ, ਵਕੀਲਾਂ ਨੂੰ ਖਵਾ ਤੇ, ਸਾਨੂੰ ਕੌਣ ਦਿੰਦਾ ਪੈਸੇ? ਮੈਂ ਤਾਂ ਝਾੜੂ ਪੋਚੇ ਲਾ ਕੇ ਆਈ ਹਾਂ, ਹੁਣ ਫਿਰ ਜਾਊਂਗੀ 3 ਵਜੇ। ਯਾਰ ਐਂ ਨਾ ਕਰਿਆ ਕਰੋ, ਹੱਥ ਬੰਨ੍ਹ ਕੇ ਬੇਨਤੀ ਆ, ਮੁਲਾਜ਼ਮਾਂ ਨੂੰ ਵੀ ਬੇਨਤੀ ਹੱਥ ਬੰਨ੍ਹ ਕੇ ਵੀ ਰਿਸਪੈਕਟਡ ਆ, ਕਿਉਂਕਿ ਬਹੁਤ ਸਾਰੇ ਵੀਰ ਚੱਲੋ ਜਾਣਦੇ ਆ ਪੁਲਿਸ ਪ੍ਰਸ਼ਾਸਨ ਵਾਲੇ ਵੀ, ਹੈ ਨਾ, ਪਰ ਥੋੜ੍ਹੀ ਜਿਹੀ ਇਨਸਾਨੀਅਤ ਨੂੰ ਵੀ ਅਹਿਮੀਅਤ ਦਿਆ ਕਰੋ। ਪਰਿਵਾਰ ਦਾ ਪਹਿਲੇ ਵਕਤ ਪੈ ਗਿਆ, ਮੁੰਡੇ ਦੀ ਤੁਸੀਂ ਫੋਟੋ ਦੇਖ ਲਓ, ਦੋਨੇ ਲੱਤਾਂ ਵੱਡੀਆਂ ਵੀ ਆ, ਠੀਕ ਆ, ਵੀਡੀਓ ਵੀ ਤੁਹਾਨੂੰ ਦਿਖਾ ਦੂੰਗਾ ਮੈਂ, ਪਹਿਲਾਂ ਵੀ ਬਾਈ ਨੇ ਗੁਰੀ ਘਰਾਂਗਣੇ ਨੇ ਕੀਤੀ ਆ, ਹੁਣ ਇੰਨੇ ਕੁ ਮੰਦੇ ਹਾਲਾਤ ਆ, ਰੋਟੀ ਨੂੰ ਤਰਸਦੇ ਆ, ਸਿਰ 'ਤੇ ਛੱਤ ਹੈ ਨਹੀਂ, ਮਾਤਾ ਦੀ ਹੁਣ ਉਮਰ ਆ ਜਿਹੜੀ ਵਿਚਾਰੀ ਦੀ, ਵੇਖੋ ਪੈਨਸ਼ਨ ਪੁੰਸ਼ਨ ਲੱਗੀ ਆ, ਮਾਤਾ ਪੈਨਸ਼ਨ ਤਾਂ ਜੀ ਲੱਗੀ ਆ ਜਾਂਦੀ ਆ, ਹਾਂਜੀ, ਚਲੋ ਇਹ ਵੀ, ਚਲੋ ਜਿੰਨੇ ਕੁ ਪੈਸੇ ਆਉਂਦੇ ਆ, ਹੈ ਨਾ, ਪਰ ਹੁਣ ਵੇਖੋ ਤੜਕੇ ਘਰਾਂ 'ਚ 3-4 ਅੱਜ ਕੰਮ ਕਰਦੀ ਆ, ਸ਼ਾਮ ਨੂੰ ਜਾਂਦੀ ਆ, ਫਿਰ ਰੋਟੀ ਪਾਣੀ ਲਿਆਉਂਦੀ ਆ, ਉਹ ਖਾਂਦੇ ਆ, ਉੱਧਰੋਂ ਦਵਾਈ ਦਾ ਫਿਕਰ, ਉੱਧਰੋਂ ਵਿਚਾਰਾ ਸਾਈਕਲ 'ਤੇ ਆ ਇਹਨਾਂ ਦਾ ਬੇਟਾ, ਹੈ ਨਾ, ਜਦੋਂ ਲੱਤਾਂ ਹੀ ਨਹੀਂ ਰਹੀਆਂ, ਉਹ ਵਿਚਾਰਾ ਪਤਾ ਨਹੀਂ ਵੀ ਕਿਵੇਂ ਕੁਲਝ ਕੇ ਸਾਰਾ ਕੰਮ ਆ ਜਿਹੜਾ ਕਰਦੇ। ਮੈਂ ਤਾਂ ਹੋਰ ਵੀ ਮੁੰਡਾ ਹੈਗਾ ਕੋਈ ਤੇਰੇ? ਉਹ ਤਾਂ ਹੈਗਾ ਜੀ, ਅੱਡ ਹੈਗਾ, ਅੱਡ ਹੈਗਾ, ਅੱਡ ਉਹ ਵੀ ਦਿਹਾੜੀ ਕਰਦਾ, ਉਹ ਵੀ ਦਿਹਾੜੀ ਕਰਦਾ, ਅੱਡ ਵਾਲਾ ਕੌਣ ਦਿੰਦਾ ਰੋਟੀ? ਚਲੋ ਉਹ ਵੀ ਦਿਹਾੜੀ ਕਰਦਾ, ਕਿਉਂਕਿ ਜਦੋਂ ਹਾਲਾਤ ਹੀ ਇੱਦਾਂ ਦੇ ਆ, ਸਾਡੇ ਕੋਈ ਹੈ ਨਹੀਂ, ਉਹ ਵੀ ਆਪਦੇ ਬੱਚੇ ਪਾਲਦਾ ਹੋਊਗਾ, ਕਿਸੇ ਦਾ ਕੋਈ ਜੀ ਨਹੀਂ ਕਰਦਾ ਵੀ ਪਾਸੇ ਬਹਿ ਕੇ, ਕੋਈ ਨਹੀਂ ਕਿਸੇ ਦਾ ਜੀ ਕਰਦਾ ਹੁੰਦਾ ਵੀ ਮਾਂ ਪਿਓ ਨੂੰ ਨਾ ਦੇਵਾਂ, ਪਰ ਹਾਲਾਤਾਂ ਦੇਵਾਂ ਵੀ ਮਜਬੂਰੀਆਂ ਬਣ ਜਾਂਦੀਆਂ ਬਹੁਤ ਸਾਰੀਆਂ, ਹੈ ਨਾ। ਮਾਤਾ ਹੁਣ ਤੂੰ ਦੱਸ ਕੀ ਚਾਹੁੰਦੀ ਕੀ ਆ, ਮੁੰਡੇ ਦਾ ਇਲਾਜ ਹੋਵੇ, ਕਮਰਾ ਪਾਉਣਾ, ਕੀ ਕਰਨਾ? ਪੁੱਤ ਕਮਰਾ ਹੀ ਪਾ ਦੇ, ਸਾਨੂੰ ਤੌਲ ਨਹੀਂ ਪਾ ਦਿਓ, ਬਸ ਜਿਉਂਦਾ ਰਹਿ। ਮੈਂ ਤੁਹਾਨੂੰ ਬੇਨਤੀ ਕਰਦਾ, ਪਰਚੀ ਬਣਵਾ ਲਈ ਆ ਮਾਤਾ ਨੇ ਮਿਸਤਰੀ ਤੋਂ, ਤੁਸੀਂ ਨਾ ਸੰਪਰਕ ਮੇਰੇ ਨਾਲ ਕਰ ਲਿਓ, ਆਪਾਂ ਦੁਕਾਨ ਤੋਂ ਸਮਾਨ ਲੈ ਕੇ ਦੇ ਦਿਆਂਗੇ। ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਸਮਾਨ ਲੱਗਣਾ, ਅਤੇ ਮੈਂ ਇਹਦਾ ਤਕਰੀਬਨ ਪੈਸੇ ਵੀ ਜੜਾਲੇ ਆ, ਕਿਸੇ ਨੂੰ ਫੋਨ ਕਰਕੇ ਥੋੜ੍ਹਾ ਬਹੁਤਾ ਰੇਟ ਦਾ ਵੱਧ ਘੱਟ ਵੀ ਹੋ ਸਕਦਾ, ਠੀਕ ਆ। ਬਾਕੀ ਮੈਂ ਮਿਹਨਤ ਕਰਦਾ ਤੁਹਾਡੇ ਅੱਗੇ ਹੱਥ ਜੋੜ ਕੇ, 50 ਬੋਰੀਆਂ ਸੀਮੈਂਟ ਦੀਆਂ ਲੱਗਣੀਆਂ, 2 ਟਰਾਲੀਆਂ ਬਰੇਤੀ ਦੀਆਂ ਲੱਗਣੀਆਂ, 1 ਕੁਇੰਟਲ ਸਰੀਆ ਲੱਗਣਾ 3 ਸੂਤ, 50 ਕਿਲੋ ਸਰੀਆ ਲੱਗਣਾ 4 ਸੂਤ, ਅਤੇ 30 ਕੁਇੰਟਲ ਬਜਰੀ ਲੱਗਣੀ ਆ, ਅਤੇ 2 ਕਿਲੋ ਤਾਰ ਲੱਗਣੀ ਆ ਜਾਲ ਬੰਨ੍ਹਣ ਵਾਲੀ, ਅਤੇ 8000 ਇੱਟ ਲੱਗਣੀ ਆ। ਇੰਨਾ ਕੁ ਸਮਾਨ ਲੱਗਣਾ, ਮੈਂ ਸਾਰਾ ਸਮਾਨ ਜੋੜ ਲਿਆ, ਠੀਕ ਆ, 1,00,000 ਰੁਪਈਏ ਦਾ ਸਮਾਨ ਬਣਦਾ। ਅਤੇ ਚਲੋ ਕੁਛ ਮਿਸਤਰੀ ਦੀ ਲੇਬਰ ਹੋਜੂ, ਜੇ ਕੋਈ 8-10 ਦਿਨ ਮਿਸਤਰੀ ਲਾਉਂਦਾ, ਉਹਦੇ ਨਾਲ 2 ਮਜ਼ਦੂਰ, ਕਿਉਂਕਿ ਅੰਕਲ ਤਾਂ ਵਿਚਾਰੇ ਕੰਮ ਨਹੀਂ ਕਰ ਸਕਦੇ, ਠੀਕ ਆ, ਮੁੰਡੇ ਦੀਆਂ ਲੱਤਾਂ ਕੱਟੀਆਂ ਗਈਆਂ। ਆਪਾਂ ਇਹ ਮੰਨ ਲਓ ਵੀ 1,25,000 ਰੁਪਈਏ ਦਾ ਕੰਮ ਆ। ਤੁਹਾਡੇ ਸਾਰੇ ਭੈਣ ਭਰਾਵਾਂ ਅੱਗੇ ਨਾ ਮੈਂ ਆਪ ਹੱਥ ਜੋੜ ਕੇ ਮਿੰਨਤ ਕਰਦਾ ਵੀ ਇਹ ਪਰਿਵਾਰ ਦੇ ਸਿਰ 'ਤੇ ਆਪਾਂ ਛੱਤ ਪਵਾ ਦਈਏ। ਅੱਗੇ ਵੀ ਆਪਾਂ ਕਿੰਨੇ ਪਰਿਵਾਰਾਂ ਦੀ ਤੁਸੀਂ ਮਦਦ ਕੀਤੀ ਆ, ਸਾਰਿਆਂ ਦੇ ਸਿਰਾਂ 'ਤੇ ਛੱਤਾਂ ਚੱਲ ਵੱਸਦੇ ਆ। ਜਿਵੇਂ ਆਪਾਂ ਵੇਖਿਆ ਸੀ ਕਿ ਇੱਕ ਇੱਧਰ ਆਪਣਾ ਕਰਮਗੜ੍ਹ ਇੱਕ ਮਾਤਾ ਸੀਗੀ ਜਿਹੜੀ ਇਕੱਲੀ ਸੀ, ਉਹਦੇ ਨਾਲ ਉਹਦਾ ਅਪਾਹਜ ਪੁੱਤ ਸੀ, ਉਹਦੀ ਵੀ ਛੱਤ ਪੈ ਗਈ। ਤੁਹਾਡੇ ਅੱਗੇ ਸਿਰ ਝੁਕਦਾ, ਤੁਸੀਂ ਕਹੀ ਗੱਲ ਨੂੰ ਮਲੂਕਾ ਟੀਵੀ ਦੀ ਨੂੰ ਫੁੱਲ ਚਾੜਦੇ ਹੋ। ਮਾਤਾ ਇੱਕ ਕਮਰਾ ਪੈ ਜੇ ਬਸ ਆਪਣਾ। ਹਾਂਜੀ, ਇੱਕ ਕਮਰਾ ਪਏ। ਬਸ ਆਹ ਸਮਾਨ ਆ ਜਿਹੜਾ ਤੁਹਾਨੂੰ ਦੱਸਿਆ, ਇਹ ਮੰਗਵਾ ਦਿਓ ਤਾਂ ਕਿ ਇਹਨਾਂ ਦਾ ਫਾਇਦਾ ਹੋ ਜੇ ਵਿਚਾਰਿਆਂ ਦਾ, ਹੈ ਨਾ। ਹੋਰ ਕੋਈ ਗੱਲਬਾਤ ਕਰਨੀ ਆ ਮਾਤਾ? ਹੋਰ ਤਾਂ ਪੁੱਤ ਬਸ ਜੇ ਹੁੰਦਾ ਰਹਿ, ਧੰਨਵਾਦ। ਅਤੇ ਬਸ ਮੈਂ ਤਾਂ ਆਈ ਹਾਂ ਵੀ ਮੇਰਾ ਨਹੀਂ ਤਾਂ ਚੱਲ ਮੇਰੇ ਪੁੱਤ ਦਾ ਆਉਣ ਨਾ ਪੈ ਜੇ, ਮੈਂ ਤਾਂ ਕਿੰਨਾ ਕੁ ਚਿਹਰਾ ਮਰ ਜੂੰਗੀ, ਫਿਰ ਮੇਰਾ ਪੁੱਤ ਕੋਈ ਨਹੀਂ ਕਰੂਗਾ। ਜਦੋਂ ਲੱਤਾਂ ਕੱਟ ਗਈਆਂ ਵਿਚਾਰਾ ਜਵਾਕ ਘਰੇ ਤਾਂ ਬਹਿ ਜੂਗਾ। ਤੁਸੀਂ ਮੇਰਾ ਕੋਈ ਝਾੜੂ ਪੋਚੇ ਵਾਲੀ, ਮੈਂ ਬੈਠਣ ਵਾਲੀ ਸੀਗੀ, ਜੇ ਮੇਰਾ ਪੁੱਤ ਕੰਮ ਕਰਦਾ ਮੈਨੂੰ ਕੋਈ ਲੋੜ ਸੀ ਝਾੜੂ ਪੋਚੇ ਲਾਉਣ ਦੀ? ਘੋੜੀ ਮਾਂ ਹੌਂਸਲਾ ਰੱਖ ਤੂੰ, ਮੈਂ ਯਾਰ ਬੇਨਤੀ ਕਰਦਾ, ਮਾਂ ਨੇ ਕਿਹੋ ਜਿਹੀ ਗੱਲ ਕਹਿਤੀ ਵੀ ਮੈਂ ਕਿੰਨਾ ਕੁ ਚਿਹਰਾਂ ਵੀ ਮੈਂ ਮਰ ਜੂੰਗੀ, ਮੇਰੇ ਪੁੱਤ ਦੀਆਂ ਲੱਤਾਂ ਕੱਟੀਆਂ ਗਈਆਂ,
ਜੇ ਕਮਰਾ ਪੈ ਜੇ ਉਹ ਅੰਦਰ ਤਾਂ ਬੈਠ ਜੂਗਾ। ਸੌਦੇ ਪੱਤੇ ਦਾ ਕਿਵੇਂ ਕਰਦੇ? ਸੌਦਾ ਤਾਂ ਪੁੱਤ ਲਿਆਉਣੇ, ਉਹ ਦਵਾ ਦਿੰਦੇ ਮਾੜਾ ਮੋਟਾ ਲੂਣ ਮਿਰਚ ਲੱਗਿਆ ਵਾ। ਸੌਦਾ ਕੋਈ ਦਵਾ ਦਿੰਦਾ? ਦਵਾਉਂਦਾ ਤਾਂ ਕੋਈ ਨੀ, ਜਿਨ੍ਹਾਂ ਦੇ ਮੈਂ ਜਾਂਦੀ ਹਾਂ 200-400 ਰੁਪਇਆ ਦੇ ਦਿੰਦੇ ਵੀ ਆਟਾ ਲੈ ਜੀ, ਖੰਡ ਚਾਹ ਲੈ ਜੀ ਅਤੇ ਲੂਣ ਮਿਰਚ ਲੈ ਜੀ। ਫਿਰ ਮੈਂ ਜਦੋਂ ਕੰਮ ਤੋਂ ਆਉਂਦੀ ਮੈਂ ਲਿਆਉਂਦੀ ਲੂਣ ਮਿਰਚ ਲਿਆਉਂਦੀ ਆਟਾ ਲਿਆਉਂਦੀ। ਤਿੰਨੇ ਜਾਣੇ ਹੋ ਤੁਸੀਂ? ਅਸੀਂ ਤਾਂ ਤਿੰਨੇ, ਇੱਕ ਤਾਂ ਉਹ ਮੁੰਡਾ, ਇੱਕ ਤੇਰਾ ਅੰਕਲ। ਬਸ ਤੇ ਤੁਸੀਂ? ਹਾਂ, ਤਿੰਨੇ ਜਾਣੇ ਹਾਂ ਅਸੀਂ ਤਾਂ। ਆਪਾਂ ਇਹ ਵੀ ਕਰਨੀ ਆ ਕਿਰਪਾ ਜ਼ਰੂਰ, ਕੋਈ ਭੈਣ ਭਰਾ ਹਾਮੀ ਉੱਠ ਲਿਓ, ਵੱਧ ਤੋਂ ਵੱਧ 1500-2000 ਰੁਪਈਏ ਦਾ ਇਹਨਾਂ ਦਾ ਮਹੀਨੇ ਦਾ ਸੌਦਾ ਆਇਆ ਕਰੂ। ਜੇ ਉਹ ਆਪਾਂ ਪੱਕਾ ਪੁੱਛ ਲੂੰਗਾ ਮੈਂ ਮਾਤਾ ਨੂੰ, ਜੇ ਇਹਨਾਂ ਦੇ ਕੋਈ ਜਵਾਰ ਕੇ ਪਿੰਡ ਵਧੀਆ ਦੁਕਾਨ ਹੋਈ ਤਾਂ ਉੱਥੋਂ ਲੈ ਲਿਆ ਕਰਨਗੇ, ਆਪਾਂ ਉਹਦੇ ਭਾਈ ਦੇ ਅਕਾਊਂਟ 'ਚ ਪੈਸੇ ਪਾ ਦਿਆ ਕਰਾਂਗੇ, ਹੈ ਨਾ। ਅਤੇ ਜ਼ਰੂਰ ਇੰਨਾ ਕੁ ਤੁਹਾਡੇ ਅੱਗੇ ਮਿਣਤ ਆ ਵੀ ਜ਼ਰੂਰ ਕਰਿਓ ਤੁਸੀਂ, ਠੀਕ ਆ? ਹੱਥ ਬੰਨ ਕੇ ਮਿਣਤ ਆ, ਕਿਉਂਕਿ ਇਹਨਾਂ ਦਾ ਵਿਚਾਰਿਆਂ ਦਾ ਫਾਇਦਾ ਹੋ ਜੇ। ਇੱਕ ਆਸਾਂ ਹੁੰਦੀਆਂ ਮਾਪਿਆਂ ਨੂੰ, ਬੱਚੇ ਨੂੰ ਬੜੇ ਔਖ ਨਾਲ ਜਿਵੇਂ ਮਰਜ਼ੀ ਆ ਪਾਲਦੇ ਆ ਵੀ ਵੱਡਾ ਹੋ ਕੇ ਕੰਮ ਕਾਰ ਕਰ ਲਓ, ਅਸੀਂ ਰੋਟੀ ਖਾ ਲਾਂਗੇ ਬਹਿ ਕੇ, ਪਰ ਕੁਦਰਤ ਦੀ ਮਾਰ ਪੈ ਗਈ, ਦੋਨੇ ਲੱਤਾਂ ਕੱਟੀਆਂ ਗਈਆਂ, ਉਦੋਂ ਮੁੜ ਕੇ ਕਿਤੇ ਕੋਈ ਸੁਣਵਾਈ ਨਹੀਂ ਹੋਈ। ਹੁਣ ਇਸ ਇਹੋ ਜਿਹੀ ਗਰਮੀ 'ਚ ਵਿਚਾਰਾ ਦਵਾਈ ਲੈਣ ਗਿਆ, ਕਿਵੇਂ ਗੁਜ਼ਾਰਾ, ਕਿਵੇਂ ਟਾਈਮ ਪਾਸ ਕਰਦੇ ਹੋਣਗੇ? ਕੋਈ ਕਿਸੇ ਪਾਸਿਓਂ ਹੋਰ ਕੋਈ ਸੰਸਥਾ ਨੇ ਮਾਤਾ ਵੀ ਬੱਚੇ ਦਾ ਕਰਕੇ ਕੋਈ ਮਦਦ ਨਹੀਂ ਕੀਤੀ? ਨਾ ਵੀ, ਬਸ ਕਿਸੇ ਨੇ ਨਹੀਂ ਕੀਤੀ, ਬਸ ਸਰਕਾਰ ਤੱਕ ਗੱਲ ਨਹੀਂ ਪਹੁੰਚੀ? ਨਾ ਵੀ, ਮਤਾ ਮੰਗ ਮੰਗ ਕੇ ਡੰਗ ਲਾ ਹੈਗਾ, ਜਿਹਦੇ ਕੰਮ ਕਰਨ ਜਾਂਦੀ ਉਹ ਦੇ ਦਿੰਦੇ ਵਿਚਾਰੇ, ਕਦੇ ਪੈਸੇ ਦੇ ਦਿੰਦੇ, ਫਿਰ ਅਸੀਂ ਚੰਡੀਗੜ੍ਹ ਕੋਈ ਚੰਡੀਗੜ੍ਹ ਦੇ ਦਿੰਦਾ ਥੋੜ੍ਹੇ ਘਣੇ ਪੈਸੇ, ਫਿਰ ਜਵਾਕ ਦਾ ਇਲਾਜ ਹੋਇਆ। ਨਹੀਂ, ਮੈਂ ਝਾੜੂ ਪੋਚੇ ਵਾਲਿਆਂ ਨੂੰ ਮੰਗ ਲਿਆਉਂਦੀ ਵੀ ਜੀ ਮੈਂ ਕਿੱਧਰ ਜਾਵਾਂ, ਉਹ ਮੈਨੂੰ ਦੇ ਦਿੰਦੇ ਨਾ ਆਟਾ ਉੱਟਾ ਨਾ ਚ ਪੈਸੇ ਦੇ ਦਿੰਦੇ, ਫਿਰ ਅਸੀਂ ਉਹਦਾ ਇਲਾਜ ਕਰਾਤਾ। ਇੱਥੇ ਮਾਨਸਾ 'ਚ ਹੀ ਕੰਮ ਕਰਦੇ ਹੋ ਕਿ ਪਿੰਡ 'ਚ ਜਾ ਕੇ ਕਰਦੇ ਹੋਣੇ ਹੋ? ਜਮਾਰਕ ਇੱਥੇ ਮਾਨਸਾ 'ਚ ਹੀ ਝਾੜੂ ਪੋਚੇ ਲਾਉਂਦੀ ਹਾਂ ਮੈਂ, ਪਿੰਡ ਨਹੀਂ ਜਾਂਦੀ। ਪਿੰਡ ਕਿੰਨੀ ਕੁ ਦੂਰ ਹੈ? ਆਹ ਅਸੀਂ ਨੇੜੇ ਹੀ ਪਿੰਡ ਤਾਂ। ਬਹੁਤ ਔਖਾ ਵੇਖੋ ਇਸ ਉਮਰ 'ਚ ਇੱਥੇ 3 ਵਜੇ ਜਾਣਾ ਝਾੜੂ ਪੋਚੇ ਲਾਉਣ ਤਿੰਨ ਘਰਾਂ ਦੇ। ਮਾਤਾ ਨੇ ਮੈਨੂੰ ਕਈ ਦਿਨਾਂ ਦੇ ਫੋਨ ਕਰਦੀ ਸੀ, ਸਬੱਬ ਨਹੀਂ ਬਣਿਆ। ਮੈਂ ਆਖਿਆ ਕਿਉਂਕਿ ਮੋਹਾਲੀ ਉੱਥੇ ਰਹਿੰਦੇ ਕਰਕੇ, ਮੈਂ ਕਿਹਾ ਮਾਤਾ ਜਿੱਦੇ ਆਇਆ ਜ਼ਰੂਰ ਗੱਲਬਾਤ ਮੈਂ ਸੁਣ ਕੇ ਜਾਊਂ, ਪਰ ਯਾਰ ਕੋਸ਼ਿਸ਼ ਕਰਿਓ, ਬਹੁਤ ਵੱਡਾ ਦੁੱਖ। ਅੰਕਲ ਜੀ ਕੁਛ ਕਹਿਣਾ ਤੁਸੀਂ, ਕੋਈ ਗੱਲਬਾਤ ਕਰਨੀ ਆ? ਬਸ ਗੱਲਬਾਤ ਆ ਹੀ ਆ ਜੀ, ਬਸ ਕਮਰਾ ਪਾ ਜੀ, ਮੁੰਡੇ ਦਾ ਬੈਠਾ ਰਹੂਗਾ। ਇੱਕ ਆਸ ਆ ਇਹਨਾਂ ਨੂੰ ਬਸ। ਮਾਤਾ ਕਹਿੰਦੀ ਕਿੰਨਾ ਚਿਰਾਂ ਅਸੀਂ ਇਸ ਇਹ ਜ਼ਿੰਦਗੀ ਜਿਉਣੀ ਆ, 5 ਸਾਲਾਂ 10 ਸਾਲਾਂ, ਕਿੰਨਾ ਟਾਈਮ ਆ, ਫਿਰ ਸਾਡਾ ਜਵਾਕ ਕਿੱਥੇ ਜਾਊਗਾ, ਕਿੱਥੇ ਬੈਠੂਗਾ? ਸਹੀ ਗੱਲ ਹੈ ਕਿ ਕਮਰਾ ਬਣ ਜੇ ਜਿਹਦੇ 'ਚ ਉਹ ਬਹਿ ਜਾ ਕਰੇ, ਹੈ ਨਾ। ਉਸ ਤੋਂ ਬਾਅਦ ਇੱਕ ਤਾਂ ਆਪਾਂ ਕੋਸ਼ਿਸ਼ ਕਰਨੀ ਹੈ ਮਾਤਾ ਦਾ ਕਮਰਾ ਜ਼ਰੂਰ ਪਾਉਣਾ, ਇੱਕ ਆਪਾਂ ਸੌਦਾ